ਅਸਲਾਮੁਅਲੈਕੁਮ ਰahmatullahi ਬਰਕਾਤੁ ਤਾਜ਼ੀਦਾਰੋ ਸ਼ਖਸਵਾਰੋ ਸ਼ੋਕੀਨ ਪਾਈਓ ਅੱਜ ਅਸੀਂ ਗੱਲ ਕਰਨੀ ਹੈ ਕੋੜਿਆਂ ਦੀ ਹਾਰਿਸ਼ ਦੇ ਮੁਤਲਕ ਲੇਕਿਨ ਇਸ ਸ਼ੇਰ ਤੋਂ ਪਹਿਲੇ ਉਹ ਕਹਿੰਦਾ ਸਨ 47 ਚਾਨਣ ਅਜੇ ਵੀ ਫੁੱਟਿਆ ਨਹੀਂ ਰਾਤ ਅਜੇ ਵੀ ਕਾਲੀ ਏ ਅੱਜ ਵੀ ਕਿਹੜਾ ਸੁੱਖ ਏ ਸਾਨੂੰ ਅੱਜ ਵੀ ਸਨ 47 ਸ਼ਹਜ਼ਾਦੇ ਪ੍ਰਭੂ ਇੱਕ ਦੁੱਖ ਸੀ ਉਹ ਕਿਆ ਸਾਂਝਾ ਕਰ ਲਿਆ ਜਨਾਬ ਕੋੜਿਆਂ ਦੀ ਹਾਰਿਸ਼ ਦੇ ਮੁਤਲਕ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਵਦੇ ਕੋੜੇ ਇਸ ਤਰ੍ਹਾਂ ਹਾਰਿਸ਼ ਕਰਦੇ ਨੇ ਆਪਣੇ ਆਪ ਨੂੰ ਪਿੱਛੇ ਰਗੜਦੇ ਨੇ ਜਾਲੀਆਂ ਨਾਲ ਦਰਖਤਾਂ ਨਾਲ ਇੱਕ ਦੂਸਰੇ ਨੂੰ ਹਾਰਿਸ਼ ਕਰਦੇ ਨੇ ਖੁਰਾਂ ਨਾਲ ਹਾਰਿਸ਼ ਕਰਦੇ ਨੇ ਇਸ ਵਾਸਤੇ ਨੇ ਸੇਗੋਵਨ ਪਾਊਡਰ ਹੈ ਸੇਗੋਵਨ ਪਾਊਡਰ ਨਾਲ اچھی طرح ਕੋੜ ਨੂੰ ਅਗਰ ਨੇ ਲਾਇਆ ਜਾਏ ਔਰ ਸਪਰੇਅ ਕੀਤਾ ਜਾਏ ਇਹਦੇ ਪੈਰਾਸਾਈਟਸ ਜਿਹੜੇ ਬਹਰونی ਹੁੰਦੇ ਨੇ ਉਹ ਖਤਮ ਹੋ ਜਾਂਦੇ ਨੇ ਔਰ ਇਹਦੇ ਉਤੇ ਤਰਤੀਬ ਇਸਤੇਮਾਲ ਲਿਖੀ ਹੁੰਦੀ ਹੈ ਅਗਰ ਇਹਨਾਂ ਨੂੰ ਪਾਣੀ ਦੇ ਨਾਲ ਮਿਲਾ ਕੇ ਪਲਾਇਆ ਜਾਏ ਤੇ ਇਹਨਾਂ ਦੇ ਅੰਦਰ ਜਿਹੜੇ ਟੇਪ ਵਰਮਸ ਰਾਉਂਡ ਵਰਮਸ ਔਰ ਜਿੰਨੇ ਵੀ ਪੇਟ ਦੇ ਕੀੜੇ ਹੁੰਦੇ ਨੇ ਉਹ ਵੀ ਖਤਮ ਹੋ ਜਾਂਦੇ ਨੇ ਇਹਦਾ ਜਾਨਵਰ ਦੇ ਚੱਟਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਲੇਕਿਨ ਅੱਖਾਂ ਤੋਂ ਕੋਸ਼ਿਸ਼ ਕਰੋ ਕਿ بچਾਓ ਉਹਨਾਂ ਦੇ ਜਿਸਮ ਤੇ ਤੁਸੀਂ ਇਹਨੂੰ ਸਪਰੇ ਵੀ ਕਰ ਸਕਦੇ ਹੋ ਅਦਰਵਾਇਜ਼ ਅੱਛੀ ਤਰ੍ਹਾਂ ਕੋੜਾ ਨਵਾਓ ਸਾਬਣ ਨਾਲ ਸਰਫ ਨਾਲ ਚੇਹਰਫ ਨਾਲ ਨਹੀਂ ਸੋਰੀ ਸਾਬਣ ਨਾਲ ਔਰ ਸ਼ੈਂਪੂ ਨਾਲ ਅੱਛੀ ਤਰ੍ਹਾਂ ਨਵਾ ਕੇ ਫਿਰ ਉਸ ਤੋਂ ਬਾਅਦ ਇਹਨੂੰ ਸਹਿਗਾਵਾਨ ਸ਼ੈਂਪੂ ਦੇ ਵਿੱਚ ਮਿਕਸ ਕਰਕੇ ਤੇ ਉਹਦੇ ਨਾਲ ਨਵਾਓ ਚਾਰ ਤੋਂ ਪੰਜ ਮਿੰਟ ਛਾੜ ਦਿਓ ਉਹਨੂੰ ਰਗੜਦੇ ਰੋ ਖਰਖਣੇ ਨਾਲ ਜਾਂ ਕਿਸੇ ਚੀਜ਼ ਨਾਲ ਤੇ ਉਸ ਤੋਂ ਬਾਅਦ ਉਹਨੂੰ ਨਿਹਾ ਲਾ ਦਿਓ ਤੇ ਅੱਲਾ ਦੇ ਹੁਕਮ ਨਾਲ ਉਹਦੇ ਜਿੰਨੇ بیرونی ਪੈਰਾਸਾਈਟ ਸੋਂ ਬੰਦੇ ਛੋਟੇ ਛੋਟੇ ਕੀੜੇ ਜਿਹੜੇ ਸਾਨੂੰ ਨਹੀਂ ਨਜ਼ਰ ਆਉਂਦੇ ਉਹ ਸਾਰੇ ਜਿਹੜੇ ਨੇ ਮਰ ਜਾਣਗੇ ਉਤਰ ਜਾਣਗੇ ਔਰ ਤੁਹਾਡਾ ਕੋੜਾ ਜਿਹੜਾ ਨਾ ਸਕੂਨ ਚ ਹੋ ਜੇਦਾ ਇਹ ਕੋੜਿਆਂ ਦਾ ਖੂਨ ਚੂਸਦੇ ਨੇ ਉਹਨਾਂ ਨੂੰ ਤੰਗ ਕਰਦੇ ਨੇ ਖੁਰਾਕ ਨਹੀਂ ਖਾਣ ਦਿੰਦੇ ਜਿਸ ਵਜ੍ਹਾ ਤੋਂ ਜਾਨਵਰ ਕਮਜ਼ੋਰ ਵੀ ਹੁੰਦਾ ਔਰ ਬਾਸ ਗੰਦੀ ਜਗ੍ਹਾ ਤੇ ਬਹਿ ਕੇ ਆਉਂਦੇ ਨੇ ਜਿਹੜੇ مزید ਬਿਮਾਰੀਆਂ ਦਾ ਸਬਾਬ